ਸ੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਕਾਫੀ ਸਮਾਂ ਪਹਿਲਾਂ ਮੇਰੇ ਤੋਂ ਇੱਕ ਕੁਐਸਚਨ ਆਇਆ ਸੀਗਾ ਮੇਰੇ ਕੋਲ ਯੂਟਿਊਬ ਦੇ ਉੱਤੇ ਕਿ ਜੀ ਡੀਕੰਪੋਜ਼ਰ, ਵੇਸਟ ਡੀਕੰਪੋਜ਼ਰ ਦੇ ਬਾਰੇ ਜਾਣਕਾਰੀ ਦਿਓ। ਤਾਂ ਜਿੰਨਾ ਚੱਕਰ ਪ੍ਰੋਡਕਟ ਨਹੀਂ ਸੀ ਮਿਲ ਜਾਂਦਾ ਉਹਦੇ ਬਾਰੇ, ਉਹਨਾਂ ਚੱਕਰ ਜਾਣਕਾਰੀ ਦੇਣੀ ਮੁਸ਼ਕਲ ਸੀ। ਸੋ ਇਹ ਹੈ ਜੀ ਵੇਸਟ ਡੀਕੰਪੋਜ਼ਰ, ਸਿਰਫ 20 ਰੁਪਏ ਦੀ ਇਹ ਸ਼ੀਸ਼ੀ ਹੈ ਅਤੇ ਦਾਵਾ ਤਾਂ ਇਹਦੇ ਬਾਰੇ ਬੜਾ ਤਗੜਾ। ਮੈਂ ਵੀ ਖੁਦ ਇਹਦਾ ਪ੍ਰੈਕਟੀਕਲ ਕਰਨ ਜਾ ਰਿਹਾ ਹੈਗਾ ਹਾਂ। ਸੋ ਜੋ ਅਜੇ ਤੱਕ ਮੈਨੂੰ ਥਿਓਰੀਜ਼ ਮਿਲੀਆਂ ਨੇ ਜਾਂ ਜੋ ਵੀ ਇਹਦੇ ਬਾਰੇ ਰਿਪੋਰਟਸ ਮਿਲੀਆਂ ਨੇ, ਕਾਫੀ ਸ਼ਾਨਦਾਰ ਸੀਗੀਆਂ। ਤਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਸਿਰਫ ਇਸ ਚੀਜ਼ ਬਾਰੇ ਵੀ ਆਪਾਂ ਇਹਨੂੰ ਬਣਾਉਣਾ ਕਿਸ ਤਰ੍ਹਾਂ। ਇੱਕ ਥੋੜ੍ਹਾ ਜਿਹਾ ਬੜਾ ਡਾਊਟਫੁੱਲ ਆਪਣੇ ਕੋਲ ਪ੍ਰੋਸੈਸ ਆ ਰਿਹਾ ਵਾ ਵੀ ਜੀ 200 ਲੀਟਰ ਪਾਣੀ ਅਤੇ 2 ਕਿਲੋ ਗੁੜ। ਪਹਿਲੀ ਗੱਲ ਤਾਂ ਆਪਾਂ ਐਡੀ ਵੱਡੀ ਅਮਾਊਂਟ ਦੇ ਪਾਣੀ ਤੋਂ ਹੀ ਡਰਦੇ ਪਏ ਹਾਂ ਵੀ 200 ਲੀਟਰ ਪਾਣੀ ਸ਼ਾਇਦ ਜ਼ਰੂਰੀ ਹੈ, ਕਿਉਂਕਿ ਐਡਾ ਵੱਡਾ ਭਾਂਡਾ ਹਰ ਘਰ ਦੇ ਵਿੱਚ ਨਹੀਂ, ਪੋਸੀਬਿਲਟੀ ਨਹੀਂ ਹੈਗੀ। ਸੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਜੀ, ਇੱਕ ਬੈਕਟੀਰੀਆ ਕਲਚਰ ਹੈ ਜਿਹਦੇ ਲਈ ਇਹ ਜ਼ਰੂਰੀ ਨਹੀਂ ਕਿ 200 ਲੀਟਰ ਪਾਣੀ ਹੀ ਹੋਵੇ ਜਾਂ 2 ਕਿਲੋ ਗੁੜ ਹੀ ਹੋਵੇ। ਇਸ ਕਲਚਰ ਨੂੰ ਸਿਰਫ ਪਣਪਣ ਦੇ ਲਈ ਸਪੇਸ ਚਾਹੀਦੀ ਹੈ ਜਿਹੜੀ ਕਿ ਪਾਣੀ ਦੇ ਰੂਪ ਵਿੱਚ, ਅਤੇ ਖਾਣ ਦੇ ਲਈ ਮਟੀਰੀਅਲ ਚਾਹੀਦਾ ਜਿਹੜਾ ਕਿ ਗੁੜ ਹੈ। ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਹੈ ਵੀ ਪਲਾਸਟਿਕ ਦੇ ਭਾਂਡੇ ਵਿੱਚ ਵਰਤ ਰਹੇ, ਕਿਉਂਕਿ ਕੋਈ ਵੀ ਧਾਤੂ ਹੈ ਜਿਹੜੀ ਉਸ ਬੈਕਟੀਰੀਆ, ਜੋ ਇਹਦੇ ਵਿੱਚ 3 ਬੈਕਟੀਰੀਆ ਜਿਹੜੇ ਕਿ ਸਭ ਤੋਂ ਜ਼ਿਆਦਾ ਜਲਦੀ ਕਿਸੇ ਵੀ ਚੀਜ਼ ਨੂੰ ਡੀਕੰਪੋਜ਼ ਕਰਦੇ ਨੇ, ਉਹਨਾਂ ਦਾ ਕਲਚਰ ਹੈ ਇਹ। ਤਾਂ ਜੇ ਅਗਰ ਬੈਕਟੀਰੀਆ ਕਿਸੇ ਵੀ ਧਾਤ ਦੇ ਸੰਪਰਕ ਵਿੱਚ ਆਉਂਦੇ ਨਾ, ਤਾਂ ਇਹਨਾਂ ਦੀ ਐਫੀਸ਼ੈਂਸੀ 'ਤੇ ਜਿਹੜਾ ਜਾਂ ਇਹਨਾਂ ਦੀ ਸਮਰੱਥਾ 'ਤੇ ਕੋਈ ਨਾ ਕੋਈ ਗ੍ਰਾਫਟ ਜ਼ਰੂਰ ਆ ਸਕਦੀ ਆ। ਸੋ ਇਸ ਲਈ ਰਿਕਮੈਂਡ ਕੀਤਾ ਗਿਆ ਕਿ ਜਿਹੜੀ ਆਪਾਂ ਭਾਂਡਾ ਲੈਣਾ ਹੈ ਉਹ ਪਲਾਸਟਿਕ ਦਾ ਹੀ ਲਿਆ ਜਾਵੇ, ਅਤੇ ਗੁੜ ਇਹਨਾਂ ਦੇ ਲਈ ਬਹੁਤ ਮਕੂਲ ਖੁਰਾਕ ਹੈ ਇਸ ਲਈ ਗੁੜ ਦੀ ਵਰਤੋਂ ਕੀਤੀ ਗਈ ਆ। ਨੰਬਰ 2 'ਤੇ ਪਾਣੀ ਸਾਡਾ ਸਾਦਾ ਆਮ ਹੀ ਹੈ। ਫਿਰ ਮੈਂ ਤੁਹਾਨੂੰ ਦੱਸਣਾ, ਤੁਸੀਂ 5 ਲੀਟਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ, 50 ਲੀਟਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ, 100 ਲੀਟਰ 'ਚ ਵੀ, 200 ਲੀਟਰ 'ਚ ਵੀ। ਇਟ ਡਜ਼ਨਟ ਮੈਟਰ ਕਿ ਤੁਸੀਂ ਪਾਣੀ ਕਿੰਨਾ ਲੈ ਰਹੇ ਹੋ, ਗੁੜ ਕਿੰਨਾ ਲੈ ਰਹੇ ਹੋ। ਫੋਰ ਐਗਜ਼ਾਮਪਲ, ਜੇ 200 ਲੀਟਰ ਪਾਣੀ ਲੈ ਕੇ 2 ਕਿਲੋ ਗੁੜ ਲੈ ਕੇ ਤੁਸੀਂ 15 ਦਿਨ ਦੇ ਵਿੱਚ ਇਹਦਾ ਕਲਚਰ ਤਿਆਰ ਕਰਦੇ ਹੋ, ਤਾਂ ਉਹੀ ਕਲਚਰ 5 ਲੀਟਰ ਪਾਣੀ 200 ਗ੍ਰਾਮ ਗੁੜ ਦੇ ਵਿੱਚ ਸਿਰਫ 7 ਦਿਨ ਦੇ ਵਿੱਚ ਤਿਆਰ ਹੋ ਜਾਏਗਾ। ਕਿਉਂ ਤਿਆਰ ਹੋ ਜਾਏਗਾ? ਕਿਉਂਕਿ ਇਸ ਕਲਚਰ ਨੂੰ ਪਣਪਣ ਦੇ ਲਈ ਸਪੇਸ ਚਾਹੀਦੀ ਹੈ, ਇਹਨੂੰ ਆਪਾਂ ਨੂੰ ਸਪੇਸ ਪ੍ਰੋਵਾਈਡ ਕਰਾਉਣਾ ਪੈਂਦਾ ਹੈ। ਜਿੰਨਾ ਜ਼ਿਆਦਾ ਪਾਣੀ ਲਾਓਗੇ, ਜਿੰਨਾ ਜ਼ਿਆਦਾ ਗੁੜ ਲਾਓਗੇ, ਉਨਾ ਥੋੜ੍ਹਾ ਜਿਹਾ ਲੇਟ ਹੁੰਦਾ ਜਾਊਗਾ। ਬਾਕੀ ਇਹਨੂੰ ਬਣਾਉਣ ਦਾ ਲੱਗਿਆ ਕਿ ਸਭ ਤੋਂ ਮੇਨ ਚੀਜ਼ ਜਿਹੜੀ ਖਿਆਲ 'ਚ ਰੱਖਣੀ ਹੈ ਕਿ ਇਹ ਆਈਡੀਅਲ ਟੈਂਪਰੇਚਰ 'ਤੇ ਹੋਣਾ ਚਾਹੀਦਾ ਜਿਹੜਾ ਤੁਹਾਡਾ ਪਾਣੀ ਹੈ। ਕਹਿਣ ਦਾ ਮਤਲਬ ਇਹ ਸਿੱਧੀ ਧੁੱਪ 'ਚ ਨਹੀਂ ਹੋਣਾ ਚਾਹੀਦਾ ਜਾਂ ਜ਼ਿਆਦਾ ਠੰਡੇ ਥਾਂ 'ਚ ਨਹੀਂ ਹੋਣਾ ਚਾਹੀਦਾ। ਕੋਸ਼ਿਸ਼ ਕਰੋ ਜਿਸ ਤਰ੍ਹਾਂ ਆਪਣੇ ਬਰਾਂਡੇ ਆ ਜਾਂ ਕੋਈ ਹੋਰ ਅੰਦਰ ਹੈਗੇ ਛਾਂ ਹੈਗੀਆਂ ਜਿੱਥੇ ਪ੍ਰੋਪਰਲੀ ਲਗਾਤਾਰ ਛਾਂ ਬਣਦੀ ਰਹਿੰਦੀ ਆ, ਉਹਨਾਂ ਜਗ੍ਹਾਵਾਂ ਦੇ ਉੱਤੇ ਹੀ ਇਹਨੂੰ ਰੱਖਿਆ ਜਾਵੇ, ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁੱਲ ਹੁੰਦਾ। ਸੋ ਅੱਜ ਦਾ ਜਿਹੜਾ ਟੋਪਿਕ ਹੈਗਾ ਜੀ, ਸਿਰਫ ਇਸ ਨੂੰ ਬਣਾਉਣ ਦੇ ਬਾਰੇ। ਜਿਸ ਤਰ੍ਹਾਂ ਕਿ ਮੈਂ ਆਲਮੋਸਟ 1/2 ਕਿਲੋ ਗੁੜ ਲੈ ਰਿਹਾ ਵਾਂ, ਠੀਕ ਹੈ ਜੀ, ਪਾਣੀ ਦੇ ਵਿੱਚ ਇਹਨੂੰ ਪਾ ਕੇ ਜੇ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਘੋਲ ਲਓ ਤਾਂ ਵੈਰੀ ਬੈਸਟ ਹੈਗਾ, ਕਿਉਂਕਿ ਗੁੜ ਦੇ ਘੁਲਣ ਦੀ ਜਿਹੜੀ ਸਥਿਤੀ ਹੁੰਦੀ ਹੈ ਜਾਂ ਤਰਤੀਬ ਹੁੰਦੀ ਜਾਂ ਜਿਹੜੀ ਤੀਬਰਤਾ ਹੁੰਦੀ ਹੈ ਉਹ ਘੱਟ ਹੁੰਦੀ ਹੈ। ਸੋ ਤੁਸੀਂ ਇਹਨੂੰ ਜੇ ਚਾਹੋ ਤਾਂ ਤੁਸੀਂ ਨਾਲ ਦੀ ਨਾਲ ਵੀ ਹਿਲਾ ਕੇ ਲਗਾਤਾਰ ਇਹਨੂੰ ਸਟਾਰਚ ਪਾਉਣ ਤੋਂ ਬਾਅਦ ਘੋਲ ਸਕਦੇ ਹੋ, ਕੋਈ ਇਸ਼ੂ ਨਹੀਂ ਹੈਗਾ। ਇਹ ਸੇਮ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪਾਂ ਸ਼ਰਾਬ ਦੀ ਲਾਹਨ ਤਿਆਰ ਕਰਦੇ ਹਾਂ। ਸ਼ਰਾਬ ਦੀ ਲਾਹਨ ਵਿੱਚ ਵੀ ਆਪਾਂ ਗੁੜ ਨਹੀਂ ਘੋਲਦੇ, ਸਿੱਧਾ ਆਪਾਂ ਗੁੜ ਸੱਟ ਦਿੰਦੇ ਹਾਂ, ਉਹਦੇ ਵਿੱਚ ਫੰਗਸ ਪਾ ਦਿੰਦੇ ਹਾਂ, ਬੈਕਟੀਰੀਆ ਪਾ ਦਿੰਦੇ ਜਾਂ ਤਾਂ ਉਹ ਆਪਣੇ ਆਪ ਉਹਨੂੰ ਪ੍ਰੋਸੈਸ ਦੇ ਵਿੱਚ ਲਿਆ ਕੇ ਉਹਦੀ ਜਿਹੜੇ ਆ ਨੈਚੁਰਲ ਸ਼ੂਗਰ ਉਹਨਾਂ ਨੂੰ ਤੋੜ ਕੇ ਕਾਰਬਨ ਡਾਈਆਕਸਾਈਡ ਜਨਰੇਟ ਕਰ ਦਿੰਦਾ। ਸੇਮ ਕੁਛ ਉਸੇ ਤਰ੍ਹਾਂ ਦਾ ਹੀ ਇਹਦਾ ਪ੍ਰੋਸੈਸ ਹੈਗਾ। ਸੋ ਗੁੜ ਘੁਲਿਆ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇਟਸ ਡਜ਼ਨਟ ਮੈਟਰ, ਇਹ ਕੋਈ ਚੀਜ਼ ਮੈਟਰ ਨਹੀਂ ਕਰਦੀ, ਤੁਸੀਂ ਬਾਅਦ 'ਚ ਵੀ ਇਹਨੂੰ ਹਰ ਰੋਜ਼ ਪ੍ਰਤੀਦਿਨ ਹਿਲਾ ਸਕਦੇ ਹੋ। ਸੋ ਇਸ ਚੀਜ਼ ਦੇ ਵਿੱਚ 3 ਸਾਲ ਤੱਕ ਜੇ ਆਪਾਂ ਦੇਖੀਏ ਤਾਂ ਜਿਹੜਾ ਇਹਨਾਂ ਦੇ ਕਹਿਣ ਦੇ ਮੁਤਾਬਕ ਮੇ ਬੀ 3 ਸਾਲ ਤੱਕ ਇਹਦਾ ਜਿਹੜਾ ਬੈਕਟੀਰੀਆ ਕਲਚਰ ਜਿਹੜਾ ਹੈਗਾ ਉਹ ਜ਼ਿੰਦਾ ਰਹਿ ਸਕਦਾ। ਪਰ ਇਹ ਸ਼ੀਸ਼ੀ 'ਤੇ ਹੈ ਨਹੀਂ ਕੋਈ, ਹਾਂਜੀ ਸੈਲਫ ਲਾਈਫ 3 ਈਅਰ ਲਿਖਿਆ ਹੋਇਆ ਵਾ, 3 ਸਾਲ ਤੱਕ ਇਸ ਸ਼ੀਸ਼ੀ ਦੇ ਵਿੱਚ ਬੈਕਟੀਰੀਆ ਕਲਚਰ ਆ ਜਿਹੜਾ ਜ਼ਿੰਦਾ ਰਹਿ ਸਕਦਾ। ਸੋ ਇਸ ਨੂੰ ਓਪਨ ਕਰਕੇ ਇਹ ਆਪਣਾ ਬੈਕਟੀਰੀਆ ਕਲਚਰ ਹੈ ਜੀ, ਇਹਦੇ ਵਿੱਚ ਜੋ ਉੱਪਰ ਹੈ ਉਹ ਬੈਕਟੀਰੀਆ, ਜੋ ਆਹ ਜਿਹੜੀ ਹੈ ਇਹ ਇਹਦੀ ਖੁਰਾਕ ਹੈ। ਤਾਂ ਇਹਦੇ 'ਤੇ ਇਹਦੀ ਖੁਰਾਕ ਦੀ ਨਿਰਭਰਤਾ 'ਤੇ ਅਸਲ 'ਚ ਡਿਪੈਂਡ ਕਰਦਾ ਕਿ ਇਹ ਕਿੰਨੀ ਜਲਦੀ ਗਰੋ ਕਰੇਗਾ। ਸੋ ਇਸ ਨੂੰ ਸਾਰੇ ਨੂੰ ਕੱਢ ਲੈਣਾ ਤੁਸੀਂ, ਬਸ ਇਸ ਤਰ੍ਹਾਂ ਮਿਲਾ ਦੇਣਾ, ਦੈਟਸ ਇਟ। ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ, ਪ੍ਰਤੀਦਿਨ ਹਿਲਾਉਂਦੇ ਰਹੋਗੇ ਤਾਂ ਇਟਸ ਵੈਰੀ ਬੈਟਰ, ਕਿਉਂਕਿ ਇਹੀ ਇਹਦਾ ਹੁਣ ਆਈਡੀਅਲ ਪਲੇਸ ਹੈ ਇਹਦਾ ਲਿਵਿੰਗ ਦਾ। ਜਿਸ ਤਰ੍ਹਾਂ ਇਹਦਾ ਘੋਲ ਤਿਆਰ ਹੁੰਦਾ ਜਾਏਗਾ, ਇਹਦੇ 'ਤੇ ਜਿਹੜਾ ਕੁਛ ਥੋੜ੍ਹਾ ਜਿਹਾ ਜਿਸ ਤਰ੍ਹਾਂ ਲਾਹਨ ਦੀ ਸਮੈਲ ਹੁੰਦੀ ਉਸੇ ਤਰ੍ਹਾਂ ਦੀ ਸਮੈਲ ਆਏਗੀ। ਨੰਬਰ 2 'ਤੇ ਫਿਰ ਇਹ ਜਦੋਂ ਪੂਰਾ ਬਣ ਜਾਏਗਾ ਇਹਦਾ ਕਲਰ ਵੀ ਚੇਂਜ ਹੋਏਗਾ, ਉਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਇਸ ਕਲਚਰ ਤੋਂ ਅੱਗੇ ਫਿਰ
ਤੁਸੀਂ ਅੱਗੇ ਫਿਰ ਤਿਆਰ ਕਰ ਸਕਦੇ ਹੋ ਇਹਦੇ ਵਿੱਚ 1 ਲੀਟਰ ਇਸ ਪਾਣੀ ਦੇ ਵਿੱਚ, ਜਿਸ ਤਰ੍ਹਾਂ ਮੈਂ 10 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਗੁੜ ਲਿਆ ਹੋਇਆ ਹੈ, ਤੁਸੀਂ ਇਸੇ ਤਰ੍ਹਾਂ ਇਸ ਪਾਣੀ ਦੇ ਵਿੱਚੋਂ 1 ਲੀਟਰ ਪਾਣੀ ਕੱਢ ਕੇ ਨੈਕਸਟ ਜਿਹੜਾ ਕਲਚਰ ਤਿਆਰ ਕਰਨਾ ਸੇਮ ਉਹਦੇ ਵਿੱਚ ਤੁਸੀਂ 100 ਲੀਟਰ 50 ਲੀਟਰ ਜਾਂ ਜਿੰਨਾ ਵੀ ਪਾਉਣਾ ਚਾਹੁੰਦੇ ਹੋ ਉਹਨਾਂ ਪਾ ਕੇ ਪਾਣੀ ਤੇ ਗੁੜ ਪਾ ਕੇ ਉਸੇ ਹਿਸਾਬ ਦੇ ਨਾਲ ਤੁਸੀਂ ਇਹਦਾ ਕਲਚਰ ਲਗਾਤਾਰ ਤਿਆਰ ਕਰ ਸਕਦੇ ਹੋ। ਤੋ ਇਹਦੇ ਫਾਇਦੇ ਕੀ ਆਉਣਗੇ, ਮੈਂ ਤੁਹਾਨੂੰ ਜਿਵੇਂ ਜਿਵੇਂ ਇਹਦੇ ਪ੍ਰਯੋਗ ਕਰਦੇ ਜਾਵਾਂਗੇ ਫਲਾਂ ਤੇ ਸਬਜ਼ੀਆਂ ਤੇ ਜਾਂ ਝੋਨੇ ਤੇ ਤੁਹਾਨੂੰ ਮੈਂ ਉਵੇਂ ਉਵੇਂ ਵੀਡੀਓ ਦਿੰਦਾ ਰਹਾਂਗਾ। ਸੋ ਇਹ ਸੀ ਛੋਟੀ ਜੀ ਇਹਦੇ ਬਾਰੇ ਜਾਣਕਾਰੀ, ਹੋਰਾਂ ਲੋਕਾਂ ਤੱਕ ਵੀ ਸ਼ੇਅਰ ਕਰਿਓ ਤਾਂ ਕਿ ਇਸ ਕਲਚਰ ਨੂੰ ਆਪਾਂ ਬਣਾ ਸਕੀਏ, ਕਿਉਂਕਿ ਔਰਗੈਨਿਕ ਫਾਰਮ ਦੇ ਵਿੱਚ ਇਹ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਦੀ ਹੋਈ ਸਭ ਤੋਂ ਵੱਡੀ ਖੋਜ ਹੈ, ਜਿਹਨੂੰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਹਰ ਇਨਸਾਨ ਤੱਕ ਪਹੁੰਚਦਾ ਕਰੀਏ ਜਿਹੜੇ ਔਰਗੈਨਿਕ ਖੇਤੀ ਦੇ ਬਾਰੇ ਥੋੜ੍ਹੀ ਜਿਹੀ ਵੀ ਰੁਚੀ ਰੱਖਦੇ ਨੇ। ਸੋ ਪਲੀਜ਼ ਇਸ ਵੀਡੀਓ ਨੂੰ ਮੈਕਸੀਮਮ ਸ਼ੇਅਰ ਕਰਨਾ। ਥੈਂਕ ਯੂ ਜੀ।